ਲੋਕੀ ਸਕਿਪ ਕਰ ਰਹੇ ਆ ਲਾਈਨਾਂ ਬਿਕੋਜ਼ ਉਹ ਕਹਿੰਦੇ ਤੁਸੀਂ ਵੀਜ਼ਾਸ ਨਹੀਂ ਅਪਲਾਈ ਕਰ ਸਕਦੇ ਸੋ ਥੋੜੀ ਕ੍ਰਿਟੀਕਲ ਸਿਚੁਏਸ਼ਨ ਬਣੀ ਹੋਈ ਹੈ ਇਸ ਟਾਈਮ ਭਾਰਤ ਦਾ ਵੀਜ਼ਾ ਲੈਣ ਜਾਂ ਹੋਰ ਕੰਮਾਂ ਲਈ ਕੈਨੇਡਾ ਪਰ ਵਿੱਚ ਖੁੱਲੇ ਗਏ ਦਫ਼ਤਰਾਂ BLS ਇੰਡੀਅਨ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਬਾਹਰ ਅੱਜ ਇਹ ਨੋਟਿਸ ਲਾਇਆ ਗਿਆ ਸੀ ਕਿ ਅੱਜ ਤੋਂ ਕੈਨੇਡੀਅਨ ਲੋਕਾਂ ਲਈ ਭਾਰਤ ਦਾ ਵੀਜ਼ਾ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਹ ਲੋਕ ਸ਼ਸ਼ੋਪੰਜ ਵਿੱਚ ਹਨ ਜਿਨ੍ਹਾਂ ਪਹਿਲਾਂ ਵੀਜ਼ੇ ਅਪਲਾਈ ਕੀਤੇ ਹੋਏ ਹਨ ਤੇ ਜਿਹੜੀ ਅੱਜ ਮੈਨੂੰ ਇਹ ਵੀਜ਼ਾ ਕਰਕੇ ਮੈਨੂੰ ਖੱਜਲ ਖਵਾਰ ਹੋਣਾ ਪਿਆ ਕਦੀ ਕਿਸੇ ਪਾਸੇ ਜਾਨਣੀ ਹੈ ਕਦੀ ਕਿਸੇ ਪਾਸੇ ਜਾਨਣੀ ਹੈ ਕੋਈ ਮੈਨੂੰ ਪਤਾ ਨਹੀਂ ਲੱਗਦਾ ਕਿ ਵੀਜ਼ਾ ਲੱਗੇਗਾ ਕਿ ਨਹੀਂ ਟਿਕਟ ਵੀ ਲਈ ਹੋਈ ਹੈ ਇਹ ਮੈਂ ਤੁਹਾਨੂੰ ਖਾਦਰ ਨਹੀਂ ਟਿਕਟਾਂ ਵੀ ਲਈਆਂ ਆਈਆਂ ਸੀ ਮਨੀ ਸਾਰਾ ਕੁਝ ਦੇ ਕੇ ਤੇ ਹੁਣੇ ਵੀਜ਼ਾ ਅਜੇ ਪਤਾ ਨਹੀਂ ਕਿਸ ਲਾਈਨ ਚ ਲੱਗੇਗਾ ਮੈਨੂੰ ਲਾਉਣਾ ਲੱਗਣਾ ਮੈਨੂੰ ਮਿਲਣਾ ਕਿ ਨਹੀਂ ਮਿਲਣਾ ਪਰ ਬੜੀ ਪਰੇਸ਼ਾਨੀ ਬੈਠੀ ਹੋ ਗਈ ਹੈ ਕਲਾਸイヤー ਮਦਰ ਇਨ ਲਾ ਹੋ ਪਾਸਟ ਅਵੇ ਹੋਏ ਸੀ ਅਸੀਂ ਉਹਨਾਂ ਦੇ ਐਸ਼ਸ ਲੈ ਕੇ ਜਾਣਾ ਸੀ ਇੰਦੀਆ ਨੂੰ ਤੇ ਉਹਦੇ ਲਈ ਅਸੀਂ ਟਿਕਟਾਂ ਆਲਰੇਡੀ ਅਪ੍ਰੈਲ ਦੀਆਂ ਲਈਆਂ ਹੋਈਆਂ ਆ ਨੈਕਸਟ ਮੰਥ ਦੀਆਂ ਅਸੀਂ OCI ਦੀ ਵੇਟ ਕਰ ਰਹੇ ਸੀ ਪਰ ਹਜੇ ਤੱਕ ਸਟੇਰ ਸਾਡੀ OCI ਨਹੀਂ ਆਈ ਹੈਗੀ ਉੱਤੋਂ ਹੁਣ ਇਹ ਵਾਲੇ ਪੰਗੇ ਪੈ ਗਏ ਆ ਤੇ ਉਹਦੇ ਲਈ ਦੇ ਕੋਣ ਕੀ ਹੋ ਰਿਹਾ ਆ ਤੁਹਾਨੂੰ ਲੱਗਦਾ ਕਿ ਲੋਕ ਸਫਰ ਕਰ ਰਹੇ ਆ ਸਰਕ ਉਹ ਜ਼ਿਆਦਾ ਕਰ ਰਹੇ ਆ ਸਫਰ ਹੁਣ ਸਾਨੂੰ ਇਹ ਨਹੀਂ ਪਤਾ ਹੈਗਾ ਸਾਡੇ ਜਾ ਹੋਣਾ ਕਿ ਨਹੀਂ ਜਾ ਹੋਣਾ ਕਿਉਂਕਿ ਅਸੀਂ ਟਿਕਟਾਂ ਵੀ ਸਿਆਟਲ ਵੱਲ ਦੀਆਂ ਲਈਆਂ ਸੀਗੀਆਂ ਨੋਨ ਰਿਫੰਡੇਬਲ ਆ ਉਹ ਰਿਫੰਡ ਨਹੀਂ ਹੋਈਆਂ ਸਾਸੀਂ ਚਾਰ ਮੈਂਬਰ ਜਾ ਰਹੇ ਆ ਉਹ ਕੈਨਸਲ ਕਰਨੀਆਂ ਪੈਣਗੀਆਂ ਸਾਡਾ 6000 ਡਾਲਰ ਤਾਂ ਸਾਡਾ ਗਿਆ ਨਾ ਅੱਜ ਸਵੇਰੇ ਜਦ ਕੈਨੇਡੀਅਨ ਲੋਕ ਉੱਠੇ ਤਾਂ ਉਹਨਾਂ ਨੂੰ ਇਹ ਖਬਰ ਸੁਣਨ ਨੂੰ ਮਿਲੀ ਕਿ ਭਾਰਤ ਅਤੇ ਕੈਨੇਡਾ ਦੇ ਚੱਲ ਰਹੇ ਤਕਰਾਰ ਵਿੱਚ ਭਾਰਤ ਸਰਕਾਰ ਨੇ ਕੈਨੇਡੀਅਨ ਲੋਕਾਂ ਲਈ ਅਨਮਿੱਥੇ ਸਮੇਂ ਵਾਸਤੇ ਵੀਜ਼ਾ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਹੈ ਜਿੱਥੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਈ-ਵੀਜ਼ਾ ਜਾਂ ਦੂਜੇ ਦੇਸ਼ ਵਿੱਚ ਵੀ ইস্যੂ ਕੀਤੇ ਜਾਣ ਵਾਲੇ ਵੀਜ਼ਾ ਰੱਦ ਕਰ ਦਿੱਤੇ ਗਏ ਹਨ ਉੱਥੇ ਡਿਪਲੋਮੈਟਸ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ ਜਿਸ ਦੇ ਹਿੱ ਮੱਦੇ ਨਜ਼ਰ ਲੋਕਾਂ ਵਿੱਚ ਇੱਕ ਪੈਨਿਕ ਮਾਹੌਲ ਬਣਿਆ ਹੋਇਆ ਹੈ ਅਤੇ ਵੱਡੀ ਗਿਣਤੀ ਲੋਕ ਸਰੀ ਦੇ ਬੀਐਲਐਸ ਦਫ਼ਤਰ ਪਹੁੰਚ ਕੇ ਵੀ ਇਹ ਜਾਣਨ ਦੀ ਕੋਸ਼ਿਸ਼ रहे ਹਨ ਕਿ ਜਿਨ੍ਹਾਂ ਲੋਕਾਂ ਕੋਲ ਮੌਜੂਦਾ ਵੀਜ਼ੇ ਹੈ ਹਨ ਉਹ ਭਾਰਤ ਜਾ ਵੀ ਸਕਦੇ ਹਨ ਜਾਂ ਨਹੀਂ ਮੇਰੇ ਪਾਸ ਮੇਰੀ ਮੇਰਾ ਅਤੇ ਮੇਰੀ ਮਿਸਿਸ ਦਾ ਵੀਜ਼ਾ ਆ ਈਮੇਲ ਵੀਜ਼ਾ ਆ ਤੇ ਉੱਥੇ ਹੁਣ ਬੈਨ ਲੱਗ ਗਿਆ ਕਿ ਜੋ ਸਿਟੀਜ਼ਨ ਸਿਟੀਜ਼ਨ ਕੈਨੇਡਾ ਦੇ ਉਹ ਐਂਟਰ ਨਹੀਂ ਕਰ ਸਕਦੇ ਤੇ ਹੁਣ ਮੈਂ ਇਹਨਾਂ ਤੋਂ ਕਨਫਰਮ ਕਰ ਰਹਾ ਆ ਕਿ ਅਸੀਂ ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ ਟਿਕਟ ਲਿਆ ਆ ਤੇ ਇਹ ਅੰਦਰ ਨਹੀਂ ਜਾਣ ਦਿੰਦੇ ਹੁਣ ਤੁਹਾਡੇ ਕਦੋਂ ਦੇ ਤੁਸੀਂ ਜਾਣ ਦਾ ਸੋਚ ਰਹੇ ਸੀਗੇ ਮੇਰੀ ਸੰਡੇ ਦੀ ਫਲਾਈਟ ਆ ਤੇ ਮੈਂ ਇਹਨਾਂ ਨੂੰ ਪੁੱਛਣਾ ਸੀਗਾ ਵੀ ਮੈਂ ਓਸੀਆਈ ਆ ਮੇਰੇ ਕੋਲ ਮੈਂ ਜਾ ਸਕਦੀ ਆ ਤੇ ਮੁੰਡਾ ਕਹਿੰਦਾ 3 ਵਜੇ ਆਈ ਮਖ ਮੈਂ ਕੈਂਸਰ ਰਿਮਿਸ਼ਨ ਆ ਮੈਨੂੰ ਬਹੁਤ ਔਖਾ ਜਿਹੜੇ ਜਿਹੜੇ ਨਾ ਆਉਣਾ ਤੇ ਕਹਿੰਦਾ ਨਹੀਂ ਤੁਸੀਂ ਆ ਨਹੀਂ ਸਕਦੇ 3 ਵਜੇ ਆਓ ਜਾਂ ਫੋਨ ਕਰਕੇ ਪੁੱਛੋ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜਿਹੜੇ ਬੈਠੇ ਆ ਉਹਨਾਂ ਤੇ ਆਪਣੇ ਚੇਹਰਾਂ ਦੇ ਬੈਠ ਕੇ ਆ ਦੱਸ ਦੇਣਾ ਪਰ ਆਮ ਲੋਕ ਜਿਹੜੇ ਇੱਥੇ ਸਵੇਰੇ ਲਾਈਨ ਅਪ ਲੱਗੀ ਪਈ ਸੀ ਬਹੁਤ ਹੀ ਹਨਾ ਪਤਾ ਨਹੀਂ ਕਦੋਂ ਹਰ ਵੇਲੇ ਹੁੰਦੀ ਜਾ ਕੇ ਤਾਂ ਪਰ ਵੀਜ਼ੇ ਲਈ ਲੋਕਾਂ ਨੂੰ ਹੁਣ ਕਾਫੀ ਹਨ ਟਿਕਟਾਂ ਲਈਆਂ ਹੋਈਆਂ ਆ ਤੇ ਟਿਕਟ ਐਨੀ ਮਹਿੰਗੀ ਵੀ ਆ ਤਾਂ ਗੁੱਸਾ ਤਾਂ ਹੈਗਾ ਕਿਉਂਕਿ ਕਈ ਲੋਕ ਕਿ ਜਾਣਾ ਚਾਹੁੰਦੇ ਆ ਐਨਡੀਆ ਜਾਂ ਕੋਈ ਐਮਰਜੈਂਸੀ ਜਾਣਾ ਚਾਹੁੰਦਾ ਜਾਂ ਕਿਸੇ ਨੇ ਫੈਮਲੀਆਂ ਨੂੰ ਮਿਲਣਾ ਆ ਤਾਂ ਉਹਨਾਂ ਲਈ ਔਖਾ ਕਿਉਂਕਿ ਉਹਨਾਂ ਨੂੰ ਜਾ ਨਹੀਂ ਸਕਦੇ ਚੱਕੀ ਚ ਪਿਸਰ ਆਏ ਬੇਟੇ ਬਹੁਤ ਜ਼ਿਆਦਾ ਲੋਕ ਕਈ ਬਿਮਾਰੀ ਹੋ ਗਏ ਵੀ ਜਿਨ੍ਹਾਂ ਨੇ ਜਾਣਾ ਸੀ ਸਾਡਾ ਬੰਨਾ ਕਿ ਕਿਸੇ ਨੇ ਵਿਆਹ ਰੱਖਿਆ ਹੈ ਕੋਈ ਵਿਆਹ ਕਰਨ ਵਾਸਤੇ ਜਾ ਰਿਹਾ ਕੋਈ ਆਪਣੀ ਪ੍ਰਾਪਰਟੀ ਵਾਸਤੇ ਜਾ ਰਿਹਾ ਕਿੰਨਾ ਮੁਸ਼ਕਲ ਹੋ ਗਿਆ ਇਹ ਪੋਲੀਟੀਕਲ ਬੈਟਲ ਹੈਗੀ ਆ ਤਾਂ ਉਹਨੂੰ ਪੋਲੀਟੀਕਲੀ ਰਹਿਣ ਦੇਣਾ ਚਾਹੀਦਾ ਸੀਗਾ ਜਿਹੜੇ ਲੋਕੀ ਨੇ ਉਹ ਸਫ਼ਰ ਨਾ ਕਰਨ ਤਾਂ ਵਧੀਆ ਉਧਰ ਅੱਜ ਟ੍ਰਾਂਟੋ ਅਤੇ ਬ੍ਰੈਮਟਨ ਅਦਾਰਤ ਬੀਐਲਐਸ ਦੇ ਦਫ਼ਤਰ ਦੇ ਬਾਹਰ ਵੀ ਵੱਡੀ ਗਿਣਤੀ ਲੋਕ ਚਿੰਤਤ ਅਤੇ ਡਰੇ ਹੋਏ ਦਿਖਾਈ ਦੇ ਰਹੇ ਸਨ ਜੋ ਜ਼ਿਆਦਾਤਰ ਕੈਮਰੇ ਤੇ ਗੱਲ ਕਰਨ ਤੋਂ ਇਨਕਾਰ ਕਰ ਰਹੇ ਸਨ ਕਿਉਂਕਿ ਉਹਨਾਂ ਨੇ ਸਿਰਫ ਅੱਜ ਇੰਡੀਆ ਨੇ ਆ ਕੇ ਆ ਕਿ ਬਈ ਸਿਰਫ ਵੀਜ਼ਾ ਬੰਦ ਕਰਤਾ ਉਹਨਾਂ ਨੇ ਅੱਜ ਟੈਂਪਰੇਰੀ ਵੀਜ਼ਾ ਜਿਹੜਾ ਚਾਹੀਦਾ ਹੁੰਦਾ ਹੈ ਕੈਨੇਡੀਅਨ ਸਿਟੀਜ਼ਨ ਨੂੰ ਲੇਕਿਨ ਅਗਰ ਉਸ ਤੋਂ ਬਾਅਦ ਵੀ ਕੋਈ ਚੀਜ਼ ਚੇਂਜੇ ਜਾਣਗੇ ਤੇ ਮੇਬੀ ਸਫਰ ਤੇ ਹੋਣਗੇ ਲੋਕ ਉਸ ਤੋਂ ਬਾਅਦ ਫਿਲਹਾਲ ਤੇ ਹਾਲੇ ਤੱਕ ਸਿਰਫ ਕੈਨੇਡੀਅਨ ਨੂੰ ਵੀਜ਼ਾ ਬੰਦ ਕੀਤਾ ਇੰਡੀਆ ਨੇ ਰਿਪੋਰਟਾਂ ਦਰਸਾ ਰਹੀਆਂ ਹਨ ਕਿ ਪਿਛਲੇ ਸਾਲ 80000 ਕੈਨੇਡੀਅਨਸ ਨੇ ਭਾਰਤ ਵਿੱਚ ਟੂਰਿਸਟ ਵਿਜ਼ੇ ਤਹਿਤ ਸਫ਼ਰ ਕੀਤਾ ਸੀ ਅਤੇ 118000 ਦੇ ਕਰੀਬ ਲੋਕ ਪੱਕੇ ਤੌਰ ਤੇ ਭਾਰਤ ਤੋਂ ਕੈਨੇਡਾ ਆ ਬਸੇ ਸਨ ਜਦਕਿ 60000 ਭਾਰਤੀ ਲੋਕਾਂ ਨੇ ਪਿਛਲੇ ਸਾਲ ਕੈਨੇਡਾ ਦੀ ਨਾਗਰਿਕਤਾ ਵੀ ਲਈ ਹੈ ਸੋ ਵੱਡੀ ਗਿਣਤੀ ਕੈਨੇਡੀਅਨਸ ਦੇ ਪ੍ਰਵਾਸ ਜੱਦੀ ਮੁਲਕ ਵਿੱਚ ਹੋਣ ਕਾਰਨ ਅਤੇ ਵੀਜ਼ਿਆਂ ਦੀ ਖੱਜਲ-ਖੁਆਰੀ ਤੋਂ ਬਚਣ ਲਈ ਲੋਕ ਦੋਹਰੀ ਨਾਗਰਿਕਤਾ ਜਾਂ ਹੁਣ ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ ਭਾਵ ਕਿ ਓਸੀਆਈ ਕਾਰਡ ਅਪਲਾਈ ਕਰ ਹਾਂ ਵੀਜ਼ਾ ਲੈ ਸਕਦੇ ਸੀ ਪਰ ਵੀਜ਼ੇ ਦੀ ਅਨਾਉਂਸਮੈਂਟ ਆ ਗਈ ਤਾਂ ਉਸੇ ਅਪਲਾਈ ਕਰਨ ਲੱਗੇ ਆਂ ਵੀਜ਼ਾ ਪੈਰੈਂਟਲੀ ਅਪਲਾਈ ਨਹੀਂ ਕਰ ਸਕਦੇ ਉਸੇ ਕਰ ਸਕਦੇ ਆ ਰਾਈਟ ਨਾਓ ਉਹ ਅੱਛਾ ਇਹ ਤੁਸੀਂ ਪਤਾ ਕਰਕੇ ਆਏ ਆਂ ਅੰਦਰ ਹਾਂਜੀ ਹਾਂ ਇਸੇ ਕਰਕੇ ਫਿਰ ਉਸੇ ਅਪਲਾਈ ਕਰਦੇ ਪਏ ਆਂ ਕਿੰਨਾ ਟਾਈਮ ਦੱਸਿਆ ਉਹਨਾਂ ਨੇ ਕਿੰਨੇ ਦਿਨ ਲੱਗਣਗੇ ਉਸੇ ਵਿੱਚ ਰੈਗੂਲਰ 4 ਤੋਂ 6 ਵੀਕਸ ਦਾ ਪ੍ਰੋਸੈਸ ਹੈਗਾ

ਪਰ ਆਮ ਜਨਤਾ ਨੂੰ ਤੰਗ ਪਰੇਸ਼ਾਨ ਕਰਨ ਦਾ ਕੋਈ ਫਾਇਦਾ ਨਹੀਂ ਇਹ ਉਤਲੀਆ ਗੇਮ ਮਾਮਾ ਉਤਲੀ ਗੇਮ ਜਿਹੜੀ ਹੈ ਇਹ ਇੱਕ ਥੱਲੇ ਵਾਲੇ ਲੋਕਾਂ ਦੇ ਆਮ ਜਨਤਾ ਤੱਕ ਨਹੀਂ ਆਉਣੀ ਚਾਹੀਦੀ। ਸੋ ਭਾਤ ਸਰਕਾਰ ਵੱਲੋਂ ਫਿਲਹਾਲ ਇਹ ਹੀ ਦੱਸਿਆ ਗਿਆ ਹੈ ਕਿ ਅੱਜ ਤੋਂ ਨਵੇਂ ਵੀਜ਼ੇ ਦਾ ਰੋਕ ਲਾਈ ਗਈ ਹੈ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਪਹਿਲਾਂ ਲੱਗੇ ਹੋਏ ਭਾਤ ਦੇ ਵੀਜ਼ੇ ਤੇ ਕੈਨੇਡੀਅਨ ਸਫਰ ਕਰ ਸਕਦੇ ਹਨ। ਜਿਸ ਬਾਰੇ ਹੋਰ ਵਿਸਥਾਰ ਜਾਣਨ ਲਈ ਅੱਜ ਆਮਨੀ ਨਿਊਜ਼ ਵੱਲੋਂ ਵੈਨਕੂਵਰ ਸਥਿਤ ਭਾਰਤੀ ਕਾਉਂਸਲਰ ਦਫ਼ਤਰ ਨੂੰ ਈਮੇਲ ਭੇਜੀ ਗਈ ਜਿਨ੍ਹਾਂ ਦੀ ਰਿਪੋਰਟ ਤਿਆਰ ਕਰਾਂ ਤੱਕ ਕੋਈ ਜਵਾਬ ਨਹੀਂ ਆਇਆ। ਪ੍ਰਭਜਤ ਕਾਲੋਂ ਆਮਨੀ ਨਿਊਜ਼ ਸਰੀ